ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਅਤੇ ਬਹੁਤ ਬਹੁਤ ਲੋਕਾਂ ਨੇ ਜਿਹੜਾ ਪਿਆਰ ਦਿੱਤਾ, ਮੈਂ ਉਹ ਰਿਣ ਚੁਕਾ ਨਹੀਂ ਸਕਦਾ। ਪਰਿਵਾਰ ਸਹਿਤ ਸ਼ੁਕਰਾਨਾ ਕਰਨਾ ਕਿ 40 ਸਾਲ ਦਾ ਹੋਇਆ ਅਤੇ ਸਾਰੀਆਂ ਤਮੰਨਾਵਾਂ ਮਹਾਮਾਈ ਨੇ, ਵਾਹਿਗੁਰੂ ਨੇ ਪੂਰੀਆਂ ਕਰਤੀਆਂ ਸੀ। ਕੋਈ ਐਸੀ ਤਮੰਨਾ ਨਹੀਂ ਸੀ ਜਿਹਨੂੰ ਉਹਨੇ ਖੰਭ ਨਹੀਂ ਲਾਏ ਔਰ ਅਡਾਰੀ ਨਹੀਂ ਲਵਾਈ। ਬਸ ਇੱਕੋ ਚੀਜ਼ ਜੀਣੀ ਹੈ ਹੁਣ, ਮੈਂ ਆਪਣੀ ਜਿਹੜੀ ਬਾਕੀ ਦੀ ਉਮਰ ਹੈ ਉਹ ਪੰਜਾਬ ਦੇ ਲੇਖੇ ਲਾਉਣਾ ਚਾਹੁੰਦਾ। ਜਦ ਜਦ ਧਰਮ ਛੈ ਹੁੰਦਾ, ਜਦ ਜਦ ਪਾਪੀ ਵੱਧਦੇ ਹੈ, ਜਦ ਜਦ ਲੋਕ ਰਾਜ ਤ੍ਰਸਤ ਹੁੰਦਾ, ਉਦੋਂ ਉਦੋਂ ਆਵਾਜ਼ ਉੱਠਦੀ ਹੈ। ਔਰ ਮੇਰੀ ਨਹੀਂ ਹੈ ਇਹ ਆਵਾਜ਼, ਇਹ ਵੇਦਾਂਤ ਦੀ ਆਵਾਜ਼ ਹੈ ਕਿ ਯਦਾ ਯਦਾ ਹੀ ਧਰਮਸਿਆ ਗਲਾਨਿਰ ਭਵਤੀ ਭਾਵਸ, ਗਲਾਨਿਰ ਭਵਤੀ ਭਾਰਤ, ਪਰਿਤ੍ਰਾਣਾਮ ਸਾਧੂਨਾਮ ਵਿਨਾਸ਼ਾ ਚਾਏ ਦੁਸ਼ਕ੍ਰਿਤਾਮ ਧਰਮ ਸੰਸਥਾਪਨਾਰਥਾਏ ਸੰਭਵਾਨੀ ਯੁਗੇ ਯੁਗੇ। ਗੁਰਮਾਈ ਪਾਰਵਤੀ ਹਮੇਸ਼ਾ ਧਰਮ ਦੀ ਸਥਾਪਨਾ ਕਰਦੀ ਆਈ ਹੈ। ਦਸੇ ਗੁਰੂਆਂ ਨੇ ਸਭ ਕੁਛ ਵਾਰਤਾ, ਬੱਚੇ ਵਾਰਤੇ, ਲੇਕਿਨ ਧਰਮ ਨਹੀਂ ਹਾਰਿਆ। ਉਹਨਾਂ ਦੀ ਸੰਤਾਨ ਹੋਣ ਦੇ ਨਾਤੇ ਅੱਜ ਪੰਜਾਬ ਦੇ ਵਿੱਚ ਧੰਦਾ ਚੱਲ ਰਿਹਾ, ਰਾਜਨੀਤੀ ਇੱਕ ਪ੍ਰੋਫੈਸ਼ਨ ਬਣ ਗਈ। ਸੇਵਾ ਦੇ ਨਾਮ ਦੇ ਉੱਤੇ ਮੁਖੌਟੇ ਪਾ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ। ਮੈਂ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਅਸੀਂ ਇੱਕ ਨਵੇਂ ਸਿਸਟਮ ਦੀ ਸਿਰਜਣਾ ਕਰੀਏ। ਪਾਪੀ ਨਹੀਂ ਮਾਰ ਰਹੇ, ਪਾਪ ਮਾਰਨਾ। ਬੰਦਾ ਆਪਣਾ ਪੁਰਾਣਾ ਪਰਿਚੇ ਭੁੱਲ ਕੇ ਨਵੇਂ ਅਸਤਿਤਵ ਦੀ ਖੋਜ ਦੇ ਉੱਤੇ ਚੱਲੇ ਅਤੇ ਮਾਰਗ ਨੂੰ ਅਪਣਾ ਲੈਂਦਾ, ਇਹ ਨਵਾਂ ਮਾਰਗ ਵੀ ਜ਼ਰੂਰੀ ਹੈ। ਕਹਿੰਦੇ ਪੁਰਾਣੀ ਰਾਹ ਦੇ ਉੱਤੇ ਪੁੱਠੀ ਰਾਹ 'ਤੇ ਤੁਰਨਾ ਅਤੇ ਸਿੱਧੀ ਰਾਹ 'ਤੇ ਆਉਣਾ ਬੜਾ ਮੁਸ਼ਕਿਲ ਹੈ। ਮੇਰੀ ਜ਼ਿੰਦਗੀ ਦਾ ਲਕਸ਼ ਹੀ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਸਿੱਧੇ ਰਾਹ ਪਾਉਣਾ ਹੈ ਔਰ ਪੰਜਾਬੀਆਂ ਨੂੰ ਉਹਨਾਂ ਦੇ ਅਧਿਕਾਰਾਂ ਦੀ, ਹੱਕ ਸੱਚ ਦੀ ਲੜਾਈ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਕਰਕੇ ਇੱਕ ਮੂਵਮੈਂਟ ਬਣਾਉਣੀ ਹੈ ਪੰਜਾਬ ਦੇ ਉਤਥਾਨ ਦੀ। ਇਹੀ ਮਨੋਕਾਮਨਾ ਲੈ ਕੇ ਮੈਂ ਇੱਥੇ ਆਇਆ ਸੀ। ਅੱਜ ਮੇਰੇ ਮੁੰਡੇ ਨੇ ਵੀ ਮੈਨੂੰ ਬੜੀ ਵਧੀਆ ਗਿਫਟ ਦਿੱਤੀ ਹੈ। ਉਹ ਕਹਿੰਦਾ, ਪਾਪਾ ਅੱਜ ਮੈਂ ਇੱਕ ਸੰਕਲਪ ਕੀਤਾ ਵੀ ਮੈਂ ਤੇਰੇ ਨਾਲੋਂ ਜ਼ਿਆਦਾ ਦਾਦੇ ਨੂੰ ਮੰਨਦਾ, ਇਸ ਕਰਕੇ ਮੈਂ ਹੁਣ ਪੱਗ ਬੰਨਿਆ ਕਰੂੰਗਾ। ਮੈਂ ਹਵੀ ਵਾਹ। ਸੋ ਇਹ ਜਿਹੜੀ ਪਗੜੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਇਹ ਸਾਨੂੰ ਬਲੈਸਿੰਗ ਹੈ ਅਤੇ ਮੈਂ ਬੜਾ ਖੁਸ਼ ਹਾਂ। ਅਤੇ ਇਹ ਤਾਂ ਇੱਕ ਸਟੈਪ ਅੱਗੇ ਜਾਂਦਾ ਹੈ। ਇਹ ਤਾਂ ਕਹਿੰਦਾ ਮੈਂ ਦਾੜੀ ਵੀ ਰੱਖਣੀ। ਮੈਂ ਕਿਹਾ ਚੱਲ ਬਹੁਤ ਵਧੀਆ ਭਾਈ। ਨਹੀਂ ਇੱਥੇ ਉਹ ਦੇਖੋ ਬੇਟਾ, ਉਹ ਇੱਥੇ ਰਾਜਨੀਤੀ ਨਹੀਂ ਕਰਨੀ। ਇੱਥੇ ਜਿਹੜੀ ਗੱਲ ਧਰਮ ਦੀ ਹੈ, ਦੇਖੋ ਧਰਮਾਂ 'ਚੋਂ ਧਰਮ ਰਾਸ਼ਟਰ ਧਰਮ, ਉਸ ਤੋਂ ਬੜਾ ਕੋਈ ਧਰਮ ਨਹੀਂ। ਇਸ ਮਿੱਟੀ ਦਾ ਰਿਣ ਚੁਕਾਉਣਾ ਹੈ ਔਰ ਇਸ ਮਿੱਟੀ ਲਈ ਜੀਣਾ, ਇਸ ਮਿੱਟੀ ਲਈ ਮਰਨਾ। ਜੇ ਕਰੇ ਸ਼ੇਰਾਂ ਵਾਲੀ ਮਾਈ ਦੇ